ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਅੱਜ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਇੰਡੀਆ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਇਹਨਾਂ ਚੀਜ਼ਾਂ ਦੀ ਘਟੀ ਕੀਮਤ ਤੇ ਲੋਕਾਂ ਦੇ ਵਿੱਚ ਛਾਈ ਖੁਸ਼ੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਖਰਾਕੀ ਵਸਤਾਂਆਂ ਦੀਆਂ ਕੀਮਤਾਂ ਦੇ ਵਿੱਚ ਕਮੀ ਦੇ ਕਾਰਨ ਜੁਲਾਈ ਦੇ ਵਿੱਚ ਲਗਾਤਾਰ ਦੂਜੇ ਮਹੀਨੇ ਥੋਕ ਮੁੱਲ ਸੂਚਕਾ ਅੰਕ ਦੇ ਆਧਾਰ ਤੇ ਮੰਗਾਈ ਘਟ ਕੇ 11.16% ਰਹਿ ਗਈ ਆ ਭਾਵੇਂ ਇਸ ਦੇ ਦੌਰਾਨ ਮੈਨੂਫੈਕਚਰ ਸਮਾਨ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਬਨਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ ਜੁਲਾਈ ਦੇ ਵਿੱਚ ਲਗਾਤਾਰ ਤੀਜੇ ਮਹੀਨੇ ਥੋਕਮਲ ਸੂਚਕਾ ਅੰਕ ਉਤੇ ਆਧਾਰਤ ਮੰਗਾਈ ਪਿਛਲੇ ਸਾਲ ਦੇ ਘਟ ਆਧਾਰ ਪ੍ਰਭਾਵ ਕਾਰਨ 2 ਅੰਕ ਜਾਂ 10% ਤੱਕ ਉੱਚੀ ਰਹੀ ਅਤੇ ਜੁਲਾਈ 2021 ਵਿੱਚ ਮੰਗਾਈ ਦੀ ਉੱਚ ਦਰ ਦਾ ਕਾਰਨ ਘਟ ਆਧਾਰ ਪ੍ਰਭਾਵ ਅਤੇ ਕੱਚੇ ਤੇਲ ਦੇ ਕੁਦਰਤੀ ਗੈਸ ਸੀ ਨਿਰਮਿਤ ਉਤਪਾਦਾਂ ਜਿਵੇਂ ਕਿ ਮੂਲ ਧਾਤਾਂ ਭੋਜਨ ਉਤਪਾਦਾਂ ਲਿਬਾਸ ਰਸਾਇਣਾਂ ਅਤੇ ਰਸਾਇਣਕ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਜੁਲਾਈ ਵਿੱਚ ਲਗਾਤਾਰ ਤੀਜੇ ਮਹੀਨੇ ਖਾਣ ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਤੇ ਜੁਲਾਈ ਦੇ ਵਿੱਚ ਖੁਰਾਕੀ ਵਸਤਾਂ ਦੀ ਮੰਗਾਈ ਜ਼ੀਰੋ ਤੇ ਸੀ ਜੂਨ ਦੇ ਵਿੱਚ ਇਹ 3.09 ਫੀਸਰੀ ਸੀ ਹਾਲਾਂਕਿ ਇਸ ਸਮੇਂ ਦੌਰਾਨ ਪਿਆਜ਼ ਮਹਿੰਗਾ ਹੋ ਗਿਆ ਹੈ ਪਿਆਜ਼ ਦੀ ਮੰਗਾਈ 72.01 ਫੀਸਰੀ ਤੇ ਸਭ ਤੋਂ ਉੱਚੇ ਤਦਰ ਤੇ ਸੀ ਅਤੇ ਉੱਤੇ ਕੱਚੇ ਤੇਲ ਵਿੱਚ ਪੈਟਰੋਲੀਅਮ ਅਤੇ ਗੁਦਰਤੀ ਗੈਸ ਦੀ ਮੰਗਾਈ ਜੁਲਾਈ ਵਿੱਚ 40.28 ਫੀਸਦੀ ਰਹੀ ਜੋ ਕਿ ਜੂਨ ਵਿੱਚ 36.34 ਫੀਸਰੀ ਸੀ ਨਰਮਾਤਾ ਉਤਪਾਦਾਂ ਦੀ ਮੰਗਾਈ ਜਲਾਈ ਵਿੱਚ 11.2% ਰਹੀ ਜੋ ਕਿ ਜੂਨ ਵਿੱਚ 10.88% ਸੀ ਰਿਜ਼ਰਵ ਬੈਂਕ ਨੇ ਆਪਣੀ ਪਿਛਲੀ ਮੁਦਰਾ ਸਮੀਖਿਆ ਵਿੱਚ ਨੀਤੀਗਤ ਦਰਾਂ ਨੂੰ ਰਿਕਾਰਡ ਹੇਠਲੇ ਪੱਧਰ ਤੇ ਰੱਖਿਆ ਹੈ ਤੇ ਮੁਦਰਾ ਸਮੀਖਿਆ ਦਾ ਫੈਸਲਾ ਕਰਦੇ ਸਮੇਂ ਕੇਂਦਰੀ ਬੈਂਕ ਪਰਚੂਨ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਾ ਹੈ ਤੇ ਪਿਛਲੇ ਹਫਤੇ جاری ਅੰਕੜੇ ਦੇ ਅਨੁਸਾਰ ਜਲਾਈ ਦੇ ਵਿੱਚ ਪਰਚੂਨ ਮਹਿੰਗਾਈ ਦਰ ਘਟ ਕੇ 5.59% ਹੋ ਗਈ ਸੀ